ਆਏ ਦਿਨ ਅਸੀਂ ਵੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਕਈ ਵੀਡੀਓਜ਼ ਵਾਇਰਲ ਹੁੰਦੇ ਨੇ, ਪਰ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਗੁਰੂ ਹਰ ਸਹਾਇ ਦੇ ਪਿੰਡ ਕੋਹਰ ਸਿੰਘ ਵਾਲਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਵੀਰਪਾਲ ਸਿੰਘ ਨਾਂ ਦੇ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਨਸ਼ਾ ਤਸਕਰ ਸਮਝ ਕੇ ਲੋਕਾਂ ਨੇ ਇਸਦੀ ਕੁੱਟਮਾਰ ਕੀਤੀ ਸੀ ਤੇ ਇਸਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਸੀ। ਬਸ ਇਸੀ ਬੇਇੱਜ਼ਤੀ ਨੂੰ ਵੀਰਪਾਲ ਸਹਾਰ ਨਾ ਸਕਿਆ ਤੇ ਉਸਨੇ ਜ਼ਹਿਰੀਲੀ ਦਵਾਈ ਪੀ ਕੇ ਮੌਤ ਨੂੰ ਗਲੇ ਲਗਾ ਲਿਆ। ਤੁਸੀਂ ਵੀ ਪਹਿਲਾਂ ਵੇਖੋ ਵੀਡੀਓ ਜਿਸ ਨੂੰ ਵਾਇਰਲ ਕੀਤਾ ਗਿਆ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਵੀਰਪਾਲ ਆਪਣੇ ਘਰ ਵਿੱਚ ਬਣੀ ਪੀਰਾਂ ਦੀ ਥਾਂ ਤੇ ਗੱਦੀ ਲਗਾਉਂਦਾ ਸੀ ਤੇ ਸੇਵਾ ਕਰਦਾ ਸੀ ਤੇ ਨੇੜੇ ਦੇ ਪਿੰਡ ਝਾਵਲਾ ਵਿਖੇ ਭਜਨ ਕੀਰਤਨ ਸਮੇਂ ਸਾਲ ਵਜਾਉਣ ਵਾਲੇ ਸਾਜ਼ੀਆਂ ਨੂੰ ਬੁੱਕ ਕਰਨ ਗਿਆ ਸੀ, ਜਿੱਥੇ ਉੱਥੋਂ ਦੇ ਨੌਜਵਾਨਾਂ ਨੇ ਉਸਨੂੰ ਚਿੱਟਾ ਲੈਣ ਦੇ ਸ਼ੱਕ ਦੇ ਚੱਲਦੇ ਘੇਰ ਲਿਆ ਤੇ ਉਸਦੀ ਕੁੱਟਮਾਰ ਕੀਤੀ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ। ਇਸੀ ਬੇਇੱਜ਼ਤੀ ਨੂੰ ਨਾ ਸਹਾਰਦੇ ਹੋਏ ਉਸਨੇ ਆਪਣੇ ਆਪ ਨੂੰ ਖਤਮ ਕਰ ਲਿਆ। ਬਾਬਾ ਜੀ ਆ ਗੱਦੀ ਲਗਾਉਂਦੇ ਆ ਬਾਬੂ ਪੀਰ ਦੀ, ਉਹ ਪਿੰਡ ਇੱਥੇ ਲਾਗੇ ਪਿੰਡ ਪੈਂਦਾ ਸਾਡੇ ਝੋਲੇ ਖਣੀ, ਉੱਥੇ ਉਹਨਾਂ ਨੇ ਵੀਰਵਾਰ ਜੀ ਗੱਦੀ ਲਾਉਣੀ ਸੀ, ਸਾਜੀਆਂ ਨੂੰ ਕਹਿਣ ਗਏ ਸੀਗੇ ਜੀ, ਅਤੇ ਉੱਥੋਂ ਦੇ ਮੁੰਡਿਆਂ ਨੇ ਪਿੰਡ ਦਿਆਂ ਨੇ ਇਕੱਠੇ ਹੋ ਕੇ ਉਹਨਾਂ ਨੇ ਗਲਤ ਉਹਨਾਂ ਨੂੰ ਸਮਝ ਕੇ ਕੁੱਟਮਾਰ ਕੀਤੀ। ਕਹਿੰਦੇ ਉਹ ਗਲਤ ਸਮਝੇ ਜੀ, ਕਿਤੇ ਚਿੱਟਾ ਲੈਣ ਆਏ ਆ ਜਾਂ ਲਾਉਂਦੇ ਆ, ਪਰ ਇੱਦਾਂ ਦਾ ਉਹ ਕੁਛ ਵੀ ਨਹੀਂ। ਗੱਦੀ ਲਾਉਂਦੇ ਤਾਂ ਤੁਸੀਂ ਆਪ ਸਮਝਦਾਰ ਹੋ, ਜੋ ਬਾਬਾ ਜੀ ਦੀ ਗੱਦੀ ਲਾਉਂਦੇ ਉਹ ਚਿੱਟਾ ਕਿੱਥੋਂ ਲਾਉਂਦੇ ਹੋਣਗੇ ਜੀ। ਅਤੇ ਉਹਨਾਂ ਨੇ ਉਹਨਾਂ ਨੂੰ ਕੁੱਟਿਆ ਮਾਰਿਆ ਅਤੇ ਵੀਡੀਓ ਬਣਾ ਕੇ ਉਹਨਾਂ ਦੀ ਵੀਡੀਓ ਵਾਇਰਲ ਕੀਤੀ। ਠੀਕ ਹੈ, ਵੀਡੀਓ ਵਾਇਰਲ ਕਰਕੇ ਹੀ ਉਹ ਬੰਦਾ ਜਦ ਘਰ ਆਇਆ, ਉਹਨੇ ਆਪਣੀ ਸੋਚਿਆ ਯਾਰ ਮੈਂ ਬਾਬਾ ਜੀ ਗੱਦੀ ਲਾਉਣਾ, ਮੈਨੂੰ ਇੰਨੀ ਬਖਸ਼ ਬਖਸ਼ੀ ਆ ਬਾਬਾ ਜੀ ਨੇ ਅਤੇ ਮੇਰੀ ਪਿੰਡਾਂ ਦੇ ਵਿੱਚ ਬੇਇੱਜ਼ਤੀ ਹੋਊਗੀ, ਇਸੇ ਕਰਕੇ ਉਹਨਾਂ ਨੇ ਜੀ ਜ਼ਹਿਰੀਲੀ ਵਸਤੂ ਖਾ ਲਈ। ਅਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਇਹਨਾਂ ਤੋਂ? ਹਜੇ ਤਾਈਂ ਤਾਂ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ, ਪਰ ਮੌਕੇ ਪਹੁੰਚ ਗਈ। ਹਾਂਜੀ, ਪੁਲਿਸ ਪਹੁੰਚੀ ਹੈ ਜੀ, ਪਰ ਸਾਨੂੰ ਉਮੀਦ ਆ ਕਿ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਸਾਨੂੰ ਪੂਰਾ ਸਹਿਯੋਗ ਦੇਊਗੀ। ਤੁਸੀਂ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਨੂੰ, ਕੀ ਹੋਣਾ ਚਾਹੀਦਾ? ਪੁਲਿਸ ਪ੍ਰਸ਼ਾਸਨ ਅੱਗੇ ਇਹੀ ਮੰਗ ਹੈ ਜੀ, ਜੋ ਦੋਸ਼ੀਆਂ ਨੇ ਗਲਤ ਕੀਤਾ ਹੈ, ਕੁੱਟਮਾਰ ਕੀਤੀ ਆ ਮੇਰੇ ਬਾਈ 'ਤੇ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਅਤੇ ਸਾਨੂੰ ਅਤੇ ਮੇਰੀ ਸਿਸਟਰ ਆ, ਉਹਨਾਂ ਦਾ ਇੱਕ ਬੱਚਾ ਹੈ ਛੋਟਾ ਜਿਹਾ, ਦਸ ਸਾਲ 12 ਸਾਲ ਦਾ ਜੀ, ਸਿਸਟਰ ਵੀ ਮੇਰੇ ਗੱਦੀ ਲਗਾਉਂਦੇ ਆ, ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਤਾਂ ਜੋ ਉਹਨਾਂ ਦੇ ਬੇਟੇ 'ਤੇ ਕਲੰਕ ਲੱਗਿਆ ਹੈ ਸਾਰੀ ਉਮਰ ਦਾ ਪਿੰਡਾਂ ਦੇ ਵਿੱਚ, ਉਹ ਮਿਟ ਸਕੇ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਉਸਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਵੀਰਪਾਲ ਸਿੰਘ ਪੁੱਤਰ ਅਵਤਾਰ ਸਿੰਘ
ਜਿਹੜਾ ਇਹ ਜੱਟ ਵਾਸੀ ਕੋਰ ਸਿੰਘ ਵਾਲਾ, ਇਹ ਆਪਣੇ ਕਿਸੇ ਨਿੱਜੀ ਕੰਮ ਲਈ ਪਿੰਡ ਚਾਵਲੇ ਗਿਆ ਸੀਗਾ। ਚਾਵਲੇ ਪਿੰਡ ਗਿਆ ਅਤੇ ਪਿੰਡ ਵੜਦਿਆਂ ਸਾਰ ਹੀ 15-20 ਜਾਣਿਆਂ ਨੇ ਮੰਡੀਰ ਨੇ ਇਹਨੂੰ ਉੱਥੇ ਫੜ ਲਿਆ ਜਾਂਦੇ ਨੂੰ, ਬਿਨਾਂ ਗੱਲ ਤੋਂ ਉਹਦੀ ਕੁੱਟਮਾਰ ਕਰਕੇ ਇਹਦੀ ਵੀਡੀਓ ਬਣਾ ਕੇ ਜਿਹੜੀ ਆ ਨੈੱਟ 'ਤੇ ਪਾਤੀ ਹੈ, ਇਹ ਸਮਝ ਕੇ ਵੀ ਇਹ ਨਸ਼ਾ ਲੈਣਾ ਅਤੇ ਜਾਂ ਨਸ਼ਾ ਵੇਚਣਾ ਹੈ, ਜਦੋਂ ਕਿ ਅਜਿਹੀ ਗੱਲ ਨਹੀਂ ਸੀ। ਇਹ ਆਪਣੇ ਨਿੱਜੀ ਕੰਮ ਗਿਆ ਸੀ, ਧਾਰਮਿਕ ਮੁੰਡਾ, ਇਹ ਧਾਰਮਿਕ ਕੰਮ ਕਰਦਾ ਜੀ ਆਪਦੇ ਘਰ ਵਿੱਚ ਖੇਤੀਬਾੜੀ ਦੇ ਨਾਲ। ਉਸ ਤੋਂ ਬਾਅਦ ਜਦੋਂ ਇਹਨੇ ਆਪਣੀ ਵੀਡੀਓ ਵੇਖੀ ਆ ਕੇ, ਅਤੇ ਇਹਨੇ ਬੇਇੱਜ਼ਤੀ ਮਹਿਸੂਸ ਕੀਤੀ ਆਪਣੇ ਇਸ ਚੀਜ਼ ਨੂੰ ਨਾ ਸਹਾਰਦੇ ਹੋਏ, ਇਹਨੇ ਘਰ ਆ ਕੇ ਜ਼ਹਿਰੀਲੀ ਚੀਜ਼ ਪੀ ਲਈ ਆਪਣੀ, ਜਿਸ ਨਾਲ ਇਹਦੀ ਜਿਹੜੀ ਮੌਤ ਹੋ ਗਈ ਰਾਤ। ਅਤੇ ਜਿਹੜੇ ਬੰਦੇ ਇਹਨਾਂ ਨੇ ਕੁੱਟਮਾਰ ਕੀਤੀ, ਉਹਨਾਂ 'ਤੇ ਕੀ ਕਾਰਵਾਈ ਕੀਤਾ ਦੀ ਪੁਲਿਸ? ਉਹਨਾਂ 'ਤੇ ਜੀ 306 IPC ਦਾ ਮੁਕੱਦਮਾ ਦਰਜ ਕਰਤਾ ਜੀ, ਨਾਲ 6 IPC ਅਤੇ ਤਫਤੀਸ਼ ਜਾਰੀ ਹੈ। ਅਤੇ ਜਿਹੜੇ ਬੰਦਾ ਮਰਿਆ ਉਹਦੀ ਬੋਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ? ਹਾਂ, ਪੋਸਟਮਾਰਟਮ ਲਈ ਆਪਣੇ ਸਿਵਲ ਹੋਸਪਿਟਲ ਫਿਰੋਜ਼ਪੁਰ ਭੇਜ ਦਿੱਤਾ ਜੀ, ਅਤੇ ਜਿਹੜੀ ਹੈ ਪੋਸਟਮਾਰਟਮ ਕਰਾਉਣ ਤੋਂ ਬਾਅਦ ਜਿਹੜੀ ਹੈ ਲਾਸ਼ ਵਾਰਸ ਹਵਾਲੇ ਕਰ। ਕਿਸੇ ਦੀ ਗ੍ਰਿਫਤਾਰੀ ਵੀ ਹੋਈ ਹੈ ਕਿ ਅਜੇ ਤੱਕ? ਨਹੀਂ ਜੀ ਨਹੀਂ, ਅਜੇ ਫਿਰ ਪਿੰਡ ਫਰਾਰ ਹੈ ਜੀ, ਸਾਰਾ ਪਿੰਡ ਫਰਾਰ ਹੈ ਸਾਰਾ, ਅਤੇ ਇਸ ਤੋਂ ਬਾਅਦ ਜਦੋਂ ਵੀ ਹੈਗਾ ਅਗਲੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਉਂਦੀ। ਅੱਜ ਕੱਲ੍ਹ ਹਰ ਕੋਈ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦਾ ਫਿਰਦਾ, ਉੱਤੋਂ ਹੱਥਾਂ ਵਿੱਚ ਆਏ ਮੋਬਾਈਲ ਨੇ ਸਭ ਨੂੰ ਇੱਕ ਅਜਿਹਾ ਹਥਿਆਰ ਦੇ ਦਿੱਤਾ ਕਿ ਜਦੋਂ ਜੀ ਚਾਹਿਆ ਇਸ ਦਾ ਇਸਤੇਮਾਲ ਕਰੋ ਅਤੇ ਕਿਸੇ 'ਤੇ ਵੀ ਇਲਜ਼ਾਮ ਮੜ ਦਿਓ, ਫਿਰ ਚਾਹੇ ਉਹ ਕਸੂਰਵਾਰ ਹੈ ਜਾਂ ਨਹੀਂ। ਹੁਣ ਇਸ ਮਾਮਲੇ 'ਚ ਕਸੂਰਵਾਰ ਕੌਣ ਹੈ, ਜਿਸ ਕਰਕੇ ਇੱਕ ਬੇਕਸੂਰ ਵਿਅਕਤੀ ਦੀ ਜਾਨ ਚਲੀ ਗਈ? ਗੁਰੂ ਹਰ ਸਹਾਇ ਤੋਂ ਦੀਪਕ ਵਧਾਵਨ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।